ਗਰਮੀ ਨਾ ਗੱਲ ਤਾਂ ਬੱਸਾਂ ਤਾਂ ਉਹਨੂੰ ਓਵਰਲੋਡ ਦੇ ਦਈਆਂ ਅਤੇ ਆਹ ਜਿਹੜੇ ਐਡੇ ਐਡੇ ਖੁੱਲ੍ਹੇ ਬਣਾਏ ਆ ਇਹ ਤਾਂ ਕੋਈ ਹਾਲੀ ਨਹੀਂ ਆ। ਤਸਵੀਰਾਂ ਇੱਕ ਦਰਦਨਾਕ ਸੜਕ ਹਾਦਸੇ ਦੀਆਂ ਨੇ ਜਿਸ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਖੜੀ ਓਵਰਲੋਡ ਟਰਾਲੀ ਦੇ ਨਾਲ ਉਹਨਾਂ ਦੀ ਕਾਰ ਜਾ ਟਕਰਾਉਂਦੀ ਹੈ ਜਿਸ ਵਿੱਚ ਬਜ਼ੁਰਗ ਔਰਤ ਦੀ ਮੌਤ ਹੋ ਜਾਂਦੀ ਹੈ ਜਦਕਿ ਬਜ਼ੁਰਗ ਪਤੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਦਰਅਸਲ ਬਜ਼ੁਰਗ ਪਤੀ ਪਤਨੀ ਇੱਕ ਵਿਆਹ ਸਮਾਗਮ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਵਾਪਸ ਪਰਤ ਰਹੇ ਸਨ ਤਾਂ ਸਾਹਮਣੇ ਹੀ ਬਿਨਾਂ ਰਿਫਲੈਕਟਰ ਤੋਂ ਖੜੀ ਓਵਰਲੋਡ ਪਰਾਲੀ ਨਾਲ ਭਰੀ ਹੋਈ ਟਰਾਲੀ ਦੇ ਨਾਲ ਉਹਨਾਂ ਦੀ ਕਾਰ ਜਾ ਟਕਰਾਉਂਦੀ ਹੈ। ਟਰਾਲੀ ਦੇ ਉੱਤੇ ਬੜੇ ਲੋਹੇ ਦੇ ਜੰਗਲੇ ਦੀ ਇੱਕ ਨੁੱਕਰ ਗੱਡੀ ਦਾ ਸ਼ੀਸ਼ਾ ਤੋੜਦਿਆਂ ਹੋਇਆਂ ਇਸ ਬਜ਼ੁਰਗ ਔਰਤ ਦੇ ਛਾਤੀ 'ਚ ਧੱਸ ਜਾਂਦੀ ਹੈ ਜਿਸ ਕਰਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ। ਬਜ਼ੁਰਗ ਪਤੀ ਆਪਣੀ ਪਤਨੀ ਨੂੰ ਸੀਨੇ ਨਾਲ ਲਾ ਕੇ ਰੋਂਦਾ ਰਿਹਾ ਜਿਸ ਦਾ ਹਾਲ ਦੇਖਿਆ ਵੀ ਨਹੀਂ ਜਾ ਰਿਹਾ। ਇਹ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਸੰਘੂ ਧੌਣ 'ਚ ਵਾਪਰਿਆ ਹੈ। ਦੱਸ ਦੇ ਕਿ ਬਜ਼ੁਰਗ ਜੋੜਾ ਬਠਿੰਡਾ ਦੇ ਵਿੱਚ ਇੱਕ ਵਿਆਹ ਦੇਖ ਕੇ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਨੇੜੇ ਹੀ ਉਹਨਾਂ ਦੀ ਕਾਰ ਇੱਕ ਟਰਾਲੀ ਦੇ ਨਾਲ ਜਾ ਟਕਰਾਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀ ਦੇ ਉੱਤੇ ਇੱਕ ਤਾਂ ਓਵਰਲੋਡ ਪਰਾਲੀ ਰੱਖੀ ਹੋਈ ਹੈ, ਦੂਜੀ ਗੱਲ ਕਿ ਉਸਤੇ ਰਿਫਲੈਕਟਰ ਵੀ ਨਹੀਂ ਲੱਗੇ ਹੋਏ। ਹਨੇਰਾ ਹੋਣ ਕਾਰਨ ਬਜ਼ੁਰਗ ਨੂੰ ਨਜ਼ਰ ਨਹੀਂ ਆਇਆ ਤੇ ਉਹਨਾਂ ਦੀ ਕਾਰ ਸਿੱਧਾ ਜਾ ਕੇ ਇਸ ਟਰਾਲੀ ਦੇ ਵਿੱਚ ਜਾ ਵੱਜੀ ਜਿਸ ਕਰਕੇ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਉਧਰ ਮੌਕੇ ਤੇ ਪੁਲਿਸ ਵੀ ਪਹੁੰਚੀ, ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ। ਬਜ਼ੁਰਗ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਆਪਣੀ ਬਜ਼ੁਰਗ ਪਤਨੀ ਨੂੰ ਸੀਨੇ ਨਾਲ ਲਾ ਕੇ ਕਾਫੀ ਦੇਰ ਤੱਕ ਰੋਂਦਾ ਰਿਹਾ। ਇਹ ਵੀ ਚਾਹੀਦਾ ਕਿ ਆਹ ਜਿੰਨੀ ਸੜਕ ਦੇ ਵਿਚਾਲੇ ਚੀਜ਼ ਸੀਧੀ ਹੈ ਨਾ ਪਿਛਲੀ ਚੀਜ਼ ਨੂੰ, ਓਨਾ ਹੀ ਆਹ ਗੱਠਾ ਧਰਨੀਆਂ ਚਾਹੀਦੀਆਂ ਟਰਾਲੀ ਦੇ ਵਿੱਚ। ਇਹ ਤਾਂ ਹੁਣ ਕਿੰਨੀ ਬਾਹਰ ਆ, ਬੰਦੇ ਨੂੰ ਹੁਣ ਸਾਈਡ ਲੈਣ ਵਾਸਤੇ ਦੂਜੇ ਦੇ ਪਾਸੇ ਜਾਣਾ ਪੈਂਦਾ, ਐਕਸੀਡੈਂਟ ਆ ਹੀ ਹੁੰਦੇ ਆ। ਬੱਸਾਂ ਦੇ ਤਾਂ ਓਵਰਲੋਡ ਦਿਸ ਜਾਂਦਾ ਸਾਰਿਆਂ ਨੂੰ ਕਿ ਇੰਨੀਆਂ ਸਵਾਰੀਆਂ ਬਿਠਾਉਣੀਆਂ, ਤਾਂ ਇਹਦਾ ਓਵਰਲੋਡ ਕਿਸੇ ਨੂੰ ਦੀਦਾ ਹੀ ਨੀਗਾ। ਕਾਰ 'ਚ ਕਿੰਨੀਆਂ ਸਵਾਰੀਆਂ ਸੀਗੀਆਂ? ਕਾਰ 'ਚ ਦੋ ਸਵਾਰੀਆਂ ਸੀ, ਬਜ਼ੁਰਗ ਸੀ ਅਤੇ ਇੱਕ ਮਾਤਾ ਸੀ। ਮਾਤਾ ਸੀਗੀ, ਮਾਤਾ ਦੇ ਜ਼ਿਆਦਾ ਸੱਟ ਆ, ਬਜ਼ੁਰਗ ਦੇ ਹੈਗੇ ਜੀ ਸੱਟ। ਇਹਨਾਂ ਦੇ ਲੈਟ ਵੱਜ ਗਈ, ਬਜ਼ੁਰਗ ਵਿਚਾਰੇ ਵੱਡੀ ਉਮਰ ਦੇ, ਅਤੇ ਕਾਰ ਕੰਟਰੋਲ ਨਹੀਂ ਹੋਈ, ਸਿੱਧੀ ਜਾ ਕੇ ਇਹਦੇ ਵਿੱਚ ਵੱਜੀ, ਪਹਿਲੇ ਜਾ ਕੇ ਵਿੱਚ ਵੱਜੀ। ਕਿੰਨੇ ਜਣੇ ਸੀ ਵਿੱਚ? ਦੋ ਜਣੇ ਸੀਗੇ, ਚਲਾਸੀ ਪੜਾ ਲਈ ਹੈ ਜੀ। ਅੱਛਾ, ਅਤੇ ਉਹ ਪਾਇਆ ਤਾਂ ਉਸ ਵੀ ਐਂਗਲ ਆ, ਐਂਗਲ ਇੱਥੇ ਛਾਤੀ ਵਿੱਚ ਦੀ ਲੰਘ ਗਈ ਮਾਤਾ ਦੇ। ਅੱਛਾ, ਉਹ ਮਾਤਾ ਦੀ ਮੌਤ ਹੋ ਗਈ। ਕਿੱਥੇ ਲੈ ਗਏ ਉਹਨਾਂ ਨੂੰ? ਹੁਣ ਸਰਕਾਰੀ ਹਸਪਤਾਲ ਚਲੀ ਜਾਣਗੇ। ਤੁਸੀਂ ਕਦੋਂ ਵੇਖਿਆ ਇਹਨੂੰ? ਮੈਂ ਇੱਥੇ ਡਾਕਟਰ ਕਾਵੜੀ ਦੇ ਸਕਿਉਰਟੀ ਗਾਰਡ ਦਾ ਕੰਮ ਕਰਦਾ, ਸਿੱਖੀ ਹੁੰਦਾ ਮਰ ਕੇ ਉੱਥੇ। ਡਾਕਟਰ ਕਾਵੜੀ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਛ? ਉਦੋਂ ਗੱਠਾ ਵਾਲਾ ਟਰਾਲਾ ਇੱਧਰ ਸਾਈਡ 'ਤੇ ਖੜਾ ਸੀ, ਬਾਥਰੂਮ ਕਰਨ ਉਤਰਿਆ ਸੀਗਾ, ਪਹਿਲਾਂ ਤਾਂ ਹੀ ਖੜਾ ਸੀ ਗੱਠਾ ਵਾਲਾ ਟਰਾਲਾ, ਇਹ ਮਗਰੋਂ ਗੱਡੀ। ਅੱਛਾ, ਮਗਰੋਂ ਆ ਕੇ ਮਾਰੀ ਗੱਡੀ? ਹਾਂ, ਗੱਠਾ ਵਾਲਾ ਟਰਾਲਾ ਖੜਾ ਸੀਗੇ, ਉਹ ਬਾਥਰੂਮ ਕਰਦਾ ਸੀਗਾ ਹਲਕੇ 'ਚ।